ਇੱਕ ਨਾ ਤੁਸੀਂ ਸਭ ਤੋਂ ਪਹਿਲਾਂ ਆਹ ਨਜ਼ਾਰਾ ਦੇਖੋ, ਨਾਲੇ ਤਾਂ ਐਕਸਰਸਾਈਜ਼ ਤੇ ਨਾਲੇ ਹੀ ਐਂਟਰਟੇਨਮੈਂਟ। ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ। ਤੇ ਅਸੀਂ ਹੁਣ ਲੰਡਨ ਬ੍ਰਿਜ ਵੱਲ ਨੂੰ ਤੁਰ ਪਏ ਹਾਂ। ਲੰਡਨ ਆਈ ਤੋਂ ਦੁਬਾਰਾ ਇੱਥੋਂ ਅਸੀਂ ਟ੍ਰੇਨ ਸਟੇਸ਼ਨ ਦੇ ਵਿੱਚ ਹੀ ਹੋ ਕੇ ਟਿਕਟ ਲੈ ਕੇ ਟ੍ਰੇਨ ਫੜ ਕੇ ਅਸੀਂ ਲੰਡਨ ਬ੍ਰਿਜ ਵੱਲ ਜਾਣਾ, ਕਿਉਂਕਿ ਤੁਰ ਕੇ ਤਾਂ ਬਹੁਤ ਦੂਰ ਸੀਗਾ। ਤੇ ਹੁਣ ਅਸੀਂ ਪਤਾ ਕੀਤਾ ਵੀ ਕਿੱਥੋਂ ਕਿੱਥੋਂ ਟ੍ਰੇਨ ਜਾਣੀ ਆ, ਤਾਂ ਹੁਣ ਅਸੀਂ ਟ੍ਰੇਨ ਦੇ ਵਿੱਚ ਬੈਠ ਕੇ ਤਾਂ ਅਸੀਂ ਹੁਣ ਚੱਲੇ ਹਾਂ ਲੰਡਨ ਬ੍ਰਿਜ ਵੱਲ। ਤੇ ਇੱਥੇ ਦੀਆਂ ਟ੍ਰੇਨਾਂ ਦੇਖੋ ਕਿੱਦਾਂ, ਐਨ ਪੂਰੀਆਂ ਕਲੀਨ ਆ। ਅਤੇ ਕਈ ਟ੍ਰੇਨਾਂ ਤਾਂ ਜਿਹੜੀਆਂ ਟਨਲ ਵਿੱਚ ਚੱਲਦੀਆਂ, ਐਨ ਪੂਰੇ ਮਤਲਬ ਬੈਂਕ ਪੈਂਦੇ ਆ ਜਦੋਂ ਟ੍ਰੇਨ ਦੇ। ਟ੍ਰੇਨਾਂ ਸੱਚੀ ਟ੍ਰੇਨਾਂ ਵਾਲਾ ਸਿਸਟਮ ਬਹੁਤ ਵਧੀਆ ਹੈ ਬਾਹਰਲੀਆਂ ਕੰਟਰੀਆਂ ਦੇ ਵਿੱਚ। ਪਹਿਲਾਂ ਤਾਂ ਸਾਨੂੰ ਪਤਾ ਹੀ ਨਹੀਂ ਲੱਗਾ ਸੀਗਾ ਉਹ ਜਿਹੜਾ ਲੰਡਨ ਆਈ ਦੇ ਕੋਲ ਬ੍ਰਿਜ ਆ ਉਹਨੂੰ ਵੀ ਬ੍ਰਿਜ ਸਮਝੀ ਗਏ। ਫਿਰ ਜਦੋਂ ਅਸੀਂ ਇੰਟਰਨੈਟ 'ਤੇ ਫੋਟੋਆਂ ਕੱਢ ਕੇ ਦੇਖੀਆਂ ਸੀਗਾ, ਨਹੀਂ ਯਾਰ ਆਹ ਬ੍ਰਿਜ 'ਤੇ ਤਾਂ ਜਾਣਾ ਬਣਦਾ। ਅਤੇ ਫਿਰ ਹੁਣ ਅਸੀਂ ਟ੍ਰੇਨ ਫੜ ਕੇ ਉਸ ਬ੍ਰਿਜ ਵੱਲ ਚੱਲੇ ਹਾਂ। ਅਤੇ ਇਹ ਵੀਡੀਓ ਲੰਡਨ ਟ੍ਰਿਪ ਦੀ ਮੈਨੂੰ ਲੱਗਦਾ ਸਾਰਿਆਂ ਤੋਂ ਵਧੀਆ ਵੀਡੀਓ ਹੋਊਗੀ, ਕਿਉਂਕਿ ਮੈਂ ਉਹਦੇ 'ਚ ਵਿਊ ਦੇਖਿਆ ਜੋ ਇੰਟਰਨੈਟ 'ਤੇ ਕੱਢ ਕੇ ਲੰਡਨ ਬ੍ਰਿਜ ਦਾ, ਇੰਨਾ ਘੈਂਟ ਵਿਊ ਆਉਂਦਾ ਨਾ ਤੁਸੀਂ ਗੱਲਾਂ ਹੀ ਜਾਣ ਦਿਓ। ਅਤੇ ਹੁਣ ਟ੍ਰੇਨ ਪਹੁੰਚਣ ਵਾਲੀ ਹੈ ਅਤੇ ਟ੍ਰੇਨ ਆਪਾਂ ਪਹੁੰਚ ਗਏ ਹਾਂ ਬਾਹਰ। ਹੁਣ ਲੰਡਨ ਬ੍ਰਿਜ ਵਾਲੇ ਰੇਲਵੇ ਸਟੇਸ਼ਨ 'ਤੇ ਅਸੀਂ ਆ ਗਏ ਹਾਂ। ਅਤੇ ਬਾਹਰ ਨਿਕਲਦਿਆਂ ਸਾਰ ਹੀ ਕਹਿੰਦੇ ਲੰਡਨ ਬ੍ਰਿਜ ਸਟਾਰਟ ਹੋ ਜਾਂਦਾ। ਅਤੇ ਇੱਕ ਆਹ ਸਾਡੇ ਹੀਰੋ ਨੂੰ ਆਦਿਆ, ਇਹਨੇ ਸਾਰਿਆਂ ਨੂੰ ਰਾਹ ਪੁੱਛਣਾ ਹੀ ਹੁੰਦਾ। ਉਹ ਦੇਖੋ ਸਭ ਪਿੱਛੇ ਇਹਦੇ ਸਾਈਨ ਲੱਗਾ ਹੈ, ਇਹਨੇ ਉਹ ਸਾਈਨ ਨਹੀਂ ਪੜ੍ਹਨਾ, ਇਹਨੇ ਪਹਿਲਾਂ ਰਾਹ ਪੁੱਛਣਾ, ਇਹਨੇ ਬਾਅਦ 'ਚ ਸਾਈਨ ਦੇਖਣਾ ਹੁੰਦਾ। ਅਤੇ ਆਹ ਸ਼ੇਰ ਦੇਖੋ ਕਿੰਨਾ ਘੈਂਟ ਚੀਜ਼ ਬਣਾਈ ਹੋਈ ਹੈ। ਅਤੇ ਗੋਰਾ ਇਸ ਸ਼ੇਰ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਿਆ। ਗੋਰੇ ਨੇ ਤਾਂ ਕਲਾ ਦੀ ਕਦਰ ਬਹੁਤ ਕਰਦੇ ਆ, ਮਤਲਬ ਜੇ ਕਿਤੇ ਕੋਈ ਚੀਜ਼ ਹੋਵੇ ਉਹਨੂੰ ਐਨ ਸਾਰੇ ਐਂਗਲਾਂ ਤੋਂ ਫੋਟੋਆਂ ਖਿੱਚਦੇ ਆ ਉਹਦੀਆਂ। ਅਤੇ ਫਾਈਨਲੀ ਹੁਣ ਜੀ ਲੋ ਜੀ ਆਪਾਂ ਪਹੁੰਚ ਚੱਲੇ ਆ ਲੰਡਨ ਬ੍ਰਿਜ ਵੱਲ। ਅਤੇ ਆਹ ਸਾਹਮਣੇ ਵਾਲਾ ਰੋਡ ਸਿੱਧਾ ਹੀ ਲੰਡਨ ਬ੍ਰਿਜ ਨੂੰ ਜਾਂਦਾ। ਅਤੇ ਆਹ ਜਿਹੜੇ ਸਾਈਡ 'ਤੇ ਨੀਲੇ ਪਿੱਲਰ ਸਟਾਰਟ ਹੋ ਗਿਆ, ਜਿਹੜਾ ਨੀਲਾ ਰੰਗ ਆ ਇਹ ਸਟਾਰਟ ਹੋ ਗਿਆ, ਇਹ ਲੰਡਨ ਬ੍ਰਿਜ ਵਾਲੀ ਹੀ ਸੜਕ ਆ। ਤੁਸੀਂ ਇੱਥੋਂ ਹੀ ਦੇਖ ਕੇ ਅੰਦਾਜ਼ਾ ਲਾ ਸਕਦੇ ਕਿ ਅੱਗੇ ਜਾ ਕੇ ਵਿਊ ਕਿੰਨਾ ਹੀ ਘੈਂਟ ਹੋਣ ਵਾਲਾ ਆ ਨਾ। ਅਤੇ ਦੇਖੋ ਇੱਕ ਅਸਮਾਨ ਹੈ ਨੀਲਾ, ਅਤੇ ਇੱਕ ਜਿਹੜਾ ਸਾਈਡ 'ਤੇ ਨੀਲਾ ਰੰਗ ਕੀਤਾ ਹੋਇਆ ਬ੍ਰਿਜ ਦੇ ਉੱਪਰ, ਇਹ ਇਸ ਚੀਜ਼ ਨੂੰ ਹੋਰ ਵੀ ਮਤਲਬ ਚਾਰ ਚੰਨ ਲਾਉਂਦਾ ਇਹਦੀ ਖੂਬਸੂਰਤੀ ਨੂੰ। ਅਤੇ ਪੂਰਾ ਹੀ ਘੈਂਟ ਵਿਊ ਆ। ਅਤੇ ਲਓ ਜੀ ਫਾਈਨਲੀ ਤੁਸੀਂ ਹੁਣ ਦੇਖੋ ਲੰਡਨ ਬ੍ਰਿਜ। ਅਤੇ ਇਹ ਜਿਹੜਾ ਬ੍ਰਿਜ ਆ, ਇਸ ਬ੍ਰਿਜ ਨੂੰ ਪੂਰੀ ਦੁਨੀਆ ਤੋਂ ਦੇਖਣ ਲਈ ਸੈਲਾਨੀ ਆਉਂਦੇ ਆ। ਪੂਰੀ ਦੁਨੀਆ ਦੇ ਲੋਕ ਇਸ ਬ੍ਰਿਜ ਨੂੰ ਦੇਖਣ ਆਉਂਦੇ ਆ। ਜਿੱਦਾਂ ਆਈਫਲ ਟਾਵਰ ਹੋ ਗਿਆ ਪੈਰਿਸ ਦੇ ਵਿੱਚ, ਇੱਦਾਂ ਹੀ ਇਹ ਲੰਡਨ ਬ੍ਰਿਜ ਵੀ ਇੰਗਲੈਂਡ ਦੇ ਵਿੱਚ ਇੱਕ ਉਹ ਥਾਂ ਆ ਜਿਸ ਥਾਂ 'ਤੇ ਪੂਰੀ ਦੁਨੀਆ ਤੋਂ ਸੈਲਾਨੀ ਆਉਂਦੇ ਆ ਇਸ ਨੂੰ ਦੇਖਣ ਲਈ। ਅਤੇ ਬ੍ਰਿਜ ਦੇ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਦਾ, ਇਸ ਬ੍ਰਿਜ ਨੂੰ ਬਣੇ ਨੂੰ 128 ਸਾਲ ਹੋ ਗਏ। ਇੰਗਲੈਂਡ ਦੇ ਦੋ ਹਿੱਸੇ, ਇੱਕ ਜਿਹੜਾ ਸੀਗਾ ਟਾਵਰ ਹੈਲਮੈਟਸ ਅਤੇ ਦੂਸਰਾ ਸਾਊਥ ਬਰਗ, ਹੈ ਨਾ, ਇਹਨਾਂ ਦੇ ਗੱਬੇ ਥੇਮਸ ਨਦੀ ਸੀ। ਅਤੇ ਇਹਨਾਂ ਦੋਨਾਂ ਨੂੰ ਜੋੜਨ ਦੇ ਵਿੱਚ ਦਿੱਕਤ ਆ ਰਹੀ ਸੀ। ਜੇ ਇੱਥੇ ਕੋਈ ਸਥਾਈ ਪੁਲ ਬਣਾਉਣ ਦੇ, ਮਤਲਬ ਪੱਕਾ ਪੁਲ ਬਣਾਉਣ ਦੇ, ਤਾਂ ਫਿਰ ਜਿਹੜੇ ਥੇਮਸ ਨਦੀ ਦੇ ਵਿੱਚ ਹੀ ਜਿਹੜੇ ਜਹਾਜ਼ ਚੱਲਦੇ ਸੀਗੇ ਉਹਨਾਂ ਦੀ ਆਵਾਜਾਈ ਦੇ ਵਿੱਚ ਰੁਕਾਵਟ ਪੈਣੀ ਸੀ। ਇਸ ਮੁਸ਼ਕਲ ਦਾ ਹੱਲ ਕੱਢਣ ਲਈ 1870 ਦੇ ਵਿੱਚ ਨਾ ਇੱਕ ਕਮੇਟੀ ਦਾ ਗਠਨ ਕੀਤਾ। ਅਤੇ ਫਿਰ ਦੁਨੀਆ ਭਰ ਦੇ ਇੰਜੀਨੀਅਰਾਂ ਦੀ ਤੋਂ ਸਲਾਹ ਲੈ ਕੇ ਫਿਰ ਇਸ ਅਨੋਖੇ ਪੁਲ ਨੂੰ ਬਣਾਉਣ ਦੀ ਤਿਆਰੀ ਕੀਤੀ ਗਈ, ਹੈ ਨਾ। ਅਤੇ ਇਹ ਪੁਲ ਦਾ ਨਿਰਮਾਣ ਸ਼ੁਰੂ ਹੋਇਆ ਸੀਗਾ 1886 ਦੇ ਵਿੱਚ, ਅਤੇ 1894 ਦੇ ਵਿੱਚ ਇਹ ਬਣ ਕੇ ਤਿਆਰ ਹੋ ਗਿਆ ਸੀਗਾ। ਤੁਸੀਂ ਦੇਖ ਲਓ ਕਿ ਗੋਰਿਆਂ ਨੇ 8 ਸਾਲ ਲਾਏ, 8 ਸਾਲ ਇੰਜੀਨੀਅਰਾਂ ਦੀ ਜਿਹੜੀ ਮਿਹਨਤ ਸੀ, 8 ਸਾਲ ਬਾਅਦ ਇਹ ਵਾਲਾ ਪੁਲ ਬਣ ਕੇ ਤਿਆਰ ਹੋ ਗਿਆ ਸੀਗਾ। ਇੰਜੀਨੀਅਰਾਂ ਦਾ ਕਮਾਲ ਦੇਖੋ, ਜਦੋਂ ਹੁਣ ਸ਼ਿਪ ਆਉਂਦੇ ਆ, ਜਿੱਦਾਂ ਥੇਮਸ ਨਦੀ ਦੇ ਬਹੁਤ ਥੱਲੇ ਛੋਟੇ ਛੋਟੇ ਸ਼ਿਪ ਤਾਂ ਲੰਘਦੇ, ਜਦੋਂ ਕੋਈ ਵੱਡਾ ਸ਼ਿਪ ਆਉਂਦਾ ਤਾਂ ਇਹ ਜਿਹੜਾ ਪੁਲ ਆ ਇਹ ਹਾਈਡ੍ਰੋਲਿਕ ਸਿਸਟਮ ਆ, ਦੋਨੋਂ ਪਾਸਿਆਂ ਨੂੰ ਚੱਕ ਹੋ ਜਾਂਦਾ। ਜੇ ਮੈਂ ਦੱਸਾਂ ਨਾ ਵੀ ਮੈਂ ਪੁਲ ਦੇ ਬਾਰੇ, ਮੇਰੀਆਂ ਅੱਖਾਂ ਨੇ ਨਾ ਜ਼ਿੰਦਗੀ 'ਚ ਜਾਣੀ ਕਿ ਜਿਹੜਾ ਆਹ ਵਿਊ ਆ, ਮਤਲਬ ਇੰਨੀ ਸੋਹਣੀ ਚੀਜ਼ ਮੈਨੂੰ ਲੱਗਦਾ ਜ਼ਿੰਦਗੀ 'ਚ ਮੈਂ ਪਹਿਲੀ ਵਾਰ ਦੇਖੀ ਆ। ਆਈਫਲ ਟਾਵਰ ਵੀ ਦੇਖਿਆ ਸੀਗਾ, ਉਹ ਵੀ ਬਹੁਤ ਘੈਂਟ ਆ, ਪਰ ਉਹ ਆਪਣੀ ਜਗ੍ਹਾ 'ਤੇ ਆਪਣੀ ਜਗ੍ਹਾ 'ਤੇ ਆ। ਅਤੇ ਇੱਕ ਆਹ ਜਿਹੜਾ ਨੀਲਾ ਰੰਗ ਸਾਈਡ 'ਤੇ ਕੀਤਾ, ਅਤੇ ਨਾਲ ਉਹ ਸਾਈਡ ਤੋਂ ਦੇਖੋ ਅਸਮਾਨ ਨੀਲਾ ਆਉਂਦਾ ਨਾ, ਇਹ ਵਾਲਾ
ਚਾਰ ਚੰਨ ਲਾਉਂਦਾ ਇਹਦੀ ਖੂਬਸੂਰਤੀ ਨੂੰ। ਤੇ ਆਹ ਜਿਹੜੇ ਪਾਈਪ ਲੱਗੇ ਲੱਗਦੇ ਆ ਜਿਹੜੇ ਆਹ ਸਾਈਡਾਂ ਤੇ ਆ, ਇਹ ਮੈਨੂੰ ਲੱਗਦਾ ਹਾਈਡ੍ਰੋਲਿਕ ਸਿਸਟਮ ਹੀ ਆ ਸਾਰੇ ਆ ਜਿਹੜੇ। ਆਹ ਦੇਖੋ ਆਹ ਗੋਲ ਗੋਲ ਜਿਹੜੇ ਥੱਲੇ ਨੂੰ ਡੰਡੇ ਜਿਹੇ ਆਉਂਦੇ ਆ ਨਾ, ਤੇ ਇਹੀ ਪੁਲ ਨੂੰ ਚੱਕਦੇ ਆ। ਇੱਕ ਚੀਜ਼ ਹੋਰ, ਜਿੱਦਾਂ ਨਾ ਆਈਫਲ ਟਾਵਰ ਵੀ ਜਿਹੜਾ ਬਣਿਆ ਹੋਇਆ ਪੈਰਿਸ ਦੇ ਵਿੱਚ, ਉਹ ਸਾਰਾ ਹੀ ਆਈਫਲ ਟਾਵਰ ਜਿੱਦਾਂ ਜਿੰਨੀ ਵੀ ਉਹਦੀ ਕਾਰਾਗਿਰੀ ਆ, ਉਹ ਝੰਡਾ ਲਾ ਕੇ ਬਣਾਇਆ ਹੋਇਆ। ਜਿੱਦਾਂ ਉੱਥੇ ਨਾ ਤਾਂ ਕੋਈ ਬਿਲਡਿੰਗ ਕੀਤੀ ਹੋਈ ਹੈ ਅਤੇ ਨਾ ਹੀ ਕੋਈ ਸਕਰੂ ਲਾਇਆ ਹੋਇਆ, ਅਤੇ ਇਹ ਵੀ ਜਿਹੜੀ ਇਹਦੀ ਵੀ ਬਣਤਰ ਮੈਨੂੰ ਲੱਗਦੀ ਹੈ ਇਸੇ ਤਰ੍ਹਾਂ ਆ। ਇਹਦੇ ਵਿੱਚ ਕੋਈ ਸਕਰੂ ਵਾਲਾ ਸਿਸਟਮ ਨਹੀਂ ਲੱਗਦਾ, ਇਹ ਜਿੱਦਾਂ ਝੰਡਾ ਲਾ ਲਾ ਕੇ ਸਾਰਾ ਬਣਾਇਆ ਹੋਇਆ। ਅਤੇ ਬਾਕੀ ਇਹ ਜਿਹੜਾ ਪੌਲ ਆ ਨਾ, ਇਹ ਸਾਲ ਦੇ ਵਿੱਚ ਕਹਿੰਦੇ 800 ਵਾਰੀ ਖੁੱਲ੍ਹਦਾ ਆ, ਜਦੋਂ ਬਹੁਤ ਵੱਡੇ ਜਹਾਜ਼ ਆ ਜਾਂਦੇ ਆ ਅਤੇ ਉਦੋਂ ਹੀ ਇਹ ਖੁੱਲ੍ਹਦਾ ਆ। ਥੇਮਸ ਨਦੀ ਥੱਲੇ ਬਹੁਤ ਡੂੰਘੀ ਆ, ਉੱਦਾਂ ਤਾਂ ਬਹੁਤ ਆਵਾਜਾਈ ਇਹਦੇ ਥੱਲੇ ਚੱਲਦੀ ਰਹਿੰਦੀ, ਛੋਟੇ ਛੋਟੇ ਸ਼ਿਪ ਤਾਂ ਲੰਘਦੇ ਰਹਿੰਦੇ ਆ। ਅਤੇ ਉਹ ਵਾਲਾ ਨਜ਼ਾਰਾ ਜਿਹੜਾ ਜਦੋਂ ਇਹ ਸ਼ਿਪ ਖੁੱਲ੍ਹਦਾ ਆ, ਅਤੇ ਮੈਨੂੰ ਲੱਗਦਾ ਉਹ ਵੀ ਕਿਸੇ ਕਿਸਮਤ ਵਾਲੇ ਨੂੰ ਹੀ ਦੇਖਣ ਨੂੰ ਮਿਲਦਾ ਹੋਊਗਾ, ਵੀ ਜਦੋਂ ਇਹ ਸ਼ਿਪ ਖੁੱਲ੍ਹ ਜਦੋਂ ਕੋਈ ਬੰਦਾ ਆਵੇ ਤਾਂ ਸਾਹਮਣੇ ਉਹਦੇ ਸੇਮ ਟਾਈਮ ਆ ਜਾਵੇ ਕਿ ਸ਼ਿਪ ਆ ਗਿਆ, ਤਾਂ ਮਤਲਬ ਖੁੱਲ੍ਹ ਸ਼ਿਪ ਇਹ ਖੁੱਲ੍ਹ ਜਾਵੇ ਹੈ ਨਾ ਪੁਲ। ਅਤੇ ਦੇਖ ਲਓ ਜਿਹੜੇ 128 ਸਾਲਾਂ ਦੇ ਵਿੱਚ ਇਹਦਾ ਜਿਹੜਾ ਹਾਈਡ੍ਰੋਲਿਕ ਸਿਸਟਮ ਆ, ਸਿਰਫ ਇੱਕ ਵਾਰੀ ਜਾਮ ਹੋਇਆ। ਅਤੇ ਇੱਕ ਵਾਰੀ ਜਦੋਂ ਜਾਮ ਹੋਇਆ ਸੀ ਤਾਂ ਕਹਿੰਦੇ ਜਿਹੜੀ ਟ੍ਰੈਫਿਕ ਇੱਧਰਲੀ ਇੱਧਰ ਅਤੇ ਉੱਧਰਲੀ ਉੱਧਰ ਟ੍ਰੈਫਿਕ ਨੂੰ ਬਹੁਤ ਘੰਟੇ ਰੁਕਣਾ ਪਿਆ ਸੀਗਾ, ਪਰ ਉਹਨਾਂ ਨੇ ਕੁਛ ਘੰਟਿਆਂ ਦੇ ਵਿੱਚ ਹੀ ਇਹਨੂੰ ਫਿਰ ਮੁੜ ਕੇ ਠੀਕ ਕਰ ਲਿਆ ਸੀਗਾ। ਜੇ ਸਾਡੇ ਕੋਈ ਚੀਜ਼ ਖਰਾਬ ਹੋ ਜਾਵੇ, ਸਾਡੇ ਜਿੱਦਾਂ ਪੁਲ ਆ ਆਪਣੇ ਮਾਛੀਵਾੜੇ ਸਾਹਿਬ ਦੇ ਕੋਲ, ਉਹ ਪੁਲ ਹਲੇ ਬਣਾਏ ਨੂੰ ਵੀ ਥੋੜ੍ਹਾ ਟਾਈਮ ਹੋਇਆ ਅਤੇ ਉਹ 4-5 ਵਾਰੀ ਰਿਪੇਅਰ ਉਹਦੀ ਕਰ ਚੁੱਕੇ, ਹੈਗਾ ਵੀ ਛੋਟਾ ਜਿਹਾ ਹੀ ਆ। ਅਤੇ ਇਹ ਦੇਖੋ ਹਾਈਡ੍ਰੋਲਿਕ ਸਿਸਟਮ ਕਿੱਦਾਂ ਪੁਲ ਚੱਕ ਹੁੰਦਾ ਹੈ ਨਾ, ਅਤੇ ਇਹ ਵਾਲਾ ਪੁਲ ਫਿਰ ਵੀ ਇੰਨੇ ਸਾਲਾਂ ਤੋਂ ਚੱਲਦਾ, ਉਹ ਪੁਲ ਬਣੇ ਨੂੰ ਵੀ ਥੋੜ੍ਹਾ ਟਾਈਮ ਹੋਇਆ ਅਤੇ ਉਹ ਕਈ ਵਾਰੀ ਬੰਦ ਕਰ ਚੁੱਕੇ। ਉਹ ਕਹਿੰਦੇ ਜੀ ਉਹਦੀ ਰਿਪੇਅਰ ਚੱਲਦੀ ਆ, ਵਿੱਚੋਂ ਡਿੱਗ ਗਿਆ, ਵਿੱਚੋਂ ਪ੍ਰੋਬਲਮ ਆ ਗਈ ਹੈ ਨਾ। ਬਾਹਰਲੀਆਂ ਕੰਟਰੀਆਂ 'ਚ ਇਹ ਚੀਜ਼ ਬਹੁਤ ਖਾਸੀਅਤ ਆ, ਵੀ ਜਿਹੜੀ ਚੀਜ਼ ਇਹਨਾਂ ਨੇ ਬਣਾਈ ਹੈ ਨਾ ਇੱਕ ਵਾਰੀ, ਉਹਦੀ ਲਾਈਫ ਬਹੁਤ ਆ। ਆਹ ਦੇਖੋ ਤੁਸੀਂ ਵਿਊ ਦੇਖੋ ਉੱਪਰੋਂ, ਕਿੰਨਾ ਘੈਂਟ ਵਿਊ ਆ ਸਾਰੇ ਪਾਸੇ, ਜਿੱਧਰ ਨੂੰ ਮਰਜ਼ੀ ਨਿਗਾਹ ਮਾਰ ਲਓ। ਜਿਹੜੀ ਪ੍ਰੋਪਰ ਜਿਹੜੀ ਇਹਨਾਂ ਦੀ ਬਿਲਡਿੰਗ ਬਣੀ ਹੋਈ ਆ, ਜਿਹਦੇ ਸਹਾਰੇ ਇਹਨਾਂ ਨੇ ਪੁਲ ਰੋਕਿਆ ਹੋਇਆ, ਜਿਹੜੀਆਂ ਸਪੋਰਟਾਂ ਆ, ਕਿੰਨਾ ਘੈਂਟ ਲੱਗਦਾ ਨਾ। ਅਤੇ ਇੱਕ ਤਾਂ ਪੁਲ ਬਣਾਇਆ ਅਤੇ ਨਾਲ ਨਾਲ ਖੂਬਸੂਰਤ ਦੇਖੋ ਤੁਸੀਂ ਕਿੰਨਾ ਬਣਾਇਆ ਇਹਨਾਂ ਨੇ। ਇੱਕ ਚੀਜ਼ ਹੋਰ, ਜੇ ਇੰਗਲੈਂਡ ਕਹਿੰਦੇ, ਕਈਆਂ ਨੇ ਕਿਹਾ ਸੀ ਵੀ ਜੇ ਇੰਗਲੈਂਡ ਦੇਖਣਾ ਹੋਵੇ, ਇੰਗਲੈਂਡ ਦੀ ਇਕੱਲੀ ਇਕੱਲੀ ਚੀਜ਼ ਦੇਖਣੀ ਹੋਵੇ ਨਾ, ਤਾਂ ਉਹ ਕਹਿੰਦੇ ਵੀ ਮਹੀਨਾ ਵੀ ਥੋੜ੍ਹਾ, ਇੱਕ ਮਹੀਨਾ ਲੱਗ ਸਕਦਾ। ਪਰ ਇਹ ਚੀਜ਼ ਮੈਂ ਦੇਖਿਆ ਗੋਰਿਆਂ 'ਚ ਇਸ ਚੀਜ਼ ਲਈ ਬੜੀ ਜਿੱਦਾਂ ਹੁੰਦੀ ਆ, ਵੀ ਗੋਰੇ ਕੋਈ ਕਿਸੇ ਚੀਜ਼ ਨੂੰ ਦੇਖਦੇ ਆ ਨਾ, ਤਾਂ ਉਹਨੂੰ ਇਕੱਲੀ ਇਕੱਲੀ ਚੀਜ਼ ਬਰੀਕੀ ਨਾਲ ਦੇਖਦੇ ਆ, ਉਹਦੇ ਬਾਰੇ ਇਕੱਲੀ ਇਕੱਲੀ ਚੀਜ਼ ਬਰੀਕੀ ਨਾਲ ਜਾਣਦੇ ਆ। ਪਰ ਸਾਡੇ 'ਚ ਭਾਈ ਇਹ ਖਾਸੀਅਤ ਨਹੀਂ ਹੈਗੀ, ਅਸੀਂ ਤਾਂ ਦੂਰੋਂ ਆਏ, ਦੇਖ ਲਿਆ, ਦਸਟ ਹੋ ਕੇ 2-4 ਫੋਟੋਆਂ ਖਿਚਾਈਆਂ ਤਾਂ ਚੱਲੀਏ। ਸਾਡੇ ਵਾਲੇ ਪਾਸੇ ਇਹੀ ਕੰਮ ਹੁੰਦਾ, ਸਾਡਾ ਸਿਸਟਮ ਤਾਂ ਇਹੀ ਆ। ਸੱਚੀ ਯਾਰ ਵਿਊ ਨਾ ਇੰਨਾ ਸੋਹਣਾ ਆ, ਦੇਖੋ ਘੈਂਟ ਨਜ਼ਾਰਾ ਪੂਰਾ। 8 ਸਾਲਾਂ ਦੇ ਵਿੱਚ ਗੋਰਿਆਂ ਨੇ ਇੱਦਾਂ ਦਾ ਪੁਲ ਬਣਾ ਦਿੱਤਾ, ਜਿਹਨੂੰ ਬਣੇ ਨੂੰ ਵੀ 130 ਸਾਲ ਹੋ ਗਿਆ, ਅਤੇ ਹਲੇ ਤੱਕ ਵੀ ਉੱਦਾਂ ਹੀ ਕਾਇਮ ਆ। ਕਮਾਲ ਆ ਵੈਸੇ। ਅਤੇ ਇੱਕ ਚੀਜ਼ ਹੋਰ ਮੈਂ ਕਹਿੰਦਾ ਵੀ ਜੇ ਤੁਸੀਂ ਕਿਤੇ ਘੁੰਮਣ ਜਾਂਦੇ ਆ ਨਾ, ਘੱਟੋ ਘੱਟ ਤੁਹਾਨੂੰ ਜਾਂ ਤੁਸੀਂ ਪ੍ਰੋਪਰ ਉਹਦੇ ਬਾਰੇ ਸਟੱਡੀ ਕੀਤੀ ਹੋਵੇ, ਜਾਂ ਤੁਹਾਨੂੰ ਪ੍ਰੋਪਰ ਪਤਾ ਹੋਣਾ ਚਾਹੀਦਾ ਵੀ ਕਿਹੜੀ ਕਿਹੜੀ ਚੀਜ਼ ਦੇਖਣ ਵਾਲੀ, ਜਾਂ ਲੋਕਲ ਉੱਥੇ ਦਾ ਕੋਈ ਬੰਦਾ ਤੁਹਾਡੇ ਨਾਲ ਹੋਣਾ ਚਾਹੀਦਾ, ਨਹੀਂ ਤਾਂ ਮੈਨੂੰ ਲੱਗਦਾ ਕਈ ਚੀਜ਼ਾਂ ਰਹਿ ਜਾਂਦੀਆਂ ਦੇਖਣ ਤੋਂ। ਇੱਕ ਤਾਂ ਬੰਦਾ ਤੁਰ ਤੁਰ ਕੇ ਦਹਾਣਾ ਮੇਰੇ ਨਾਲ ਦੇ, ਇਹ ਵੀ ਤੁਰ ਤੁਰ ਕੇ ਅਸੀਂ, ਮੈਂ ਵੀ ਥੱਕਿਆ ਹੀ ਹਾਂ, ਮਤਲਬ ਇਹਨਾਂ ਦੀ ਵੀ ਬੱਸ ਹੋਈ ਵਾ। ਅਤੇ ਆਹ ਉਹ ਜਗ੍ਹਾ ਆ ਜੀ ਜਿੱਥੋਂ ਪੁਲ ਇੱਕ ਇੱਧਰਲਾ ਇੱਧਰਲੀ ਸਾਈਡ ਚੱਲ ਜਾਂਦਾ ਅਤੇ ਦੂਜਾ ਦੂਜੀ ਸਾਈਡ ਚੱਲ ਜਾਂਦਾ ਆ। ਅਤੇ ਬਾਕੀ ਇੰਗਲੈਂਡ ਦਾ ਮੌਸਮ ਵਾ ਦੇਖ ਲਓ, ਜਿੱਦਾਂ ਹੁਣ ਅਸੀਂ ਵੀ ਕੋਲ ਜੈਕਟਾਂ ਚੱਕੀਆਂ ਆ, ਵਿੱਚ ਅੱਧੇ ਅੱਧੀਆਂ ਬਾਹਾਂ ਦੀਆਂ ਪਾ ਕੇ ਘੁੰਮਦੇ ਆ, ਕਈਆਂ ਨੇ ਕੋਟ ਪਾਏ ਹੋਏ ਆ, ਕਈ ਸਿਆਲ ਵਾਲੇ ਕੱਪੜੇ ਪਾਏ ਘੁੰਮਦੇ, ਕੋਈ ਗਰਮੀਆਂ ਵਾਲੇ ਕੱਪੜੇ ਪਾਏ ਘੁੰਮਦੇ, ਕੋਈ ਉਹਦਾ ਮੇਨ ਰੀਜ਼ਨ ਇੱਥੇ ਦਾ ਮੌਸਮ, ਪਤਾ ਨਹੀਂ ਕਿਹੜੇ ਵੇਲੇ ਕਦੋਂ ਮੀਂਹ ਪੈਣ ਲੱਗ ਪਵੇ, ਅਤੇ ਫਿਰ ਜੇ ਤੁਹਾਡੇ ਕੋਲ ਜੈਕਟ ਜੁਕਟ ਹੋਵੇ ਤਾਂ ਵਧੀਆ, ਬੰਦਾ ਬਚ ਜਾਂਦਾ ਥੋੜ੍ਹਾ ਜਿਹਾ। ਜਿੱਦਾਂ ਆਪਾਂ ਕਹਿ, ਬਹੁਤ ਲੋਕ ਕਹਿ ਨਹੀਂ ਦਿੰਦੇ ਵੀ ਯਾਰ ਬਾਹਰਲੀਆਂ ਕੰਟਰੀਆਂ ਸਾਡੇ ਤੋਂ 100 ਸਾਲ ਅੱਗੇ ਆ ਨਾ, ਸੱਚੀ ਇਹ ਕੰਟਰੀਆਂ ਆਪਣੇ ਇੰਡੀਆ ਨਾਲੋਂ 100 ਸਾਲ ਅੱਗੇ ਆ। ਇੱਦਾਂ ਦੀ ਚੀਜ਼ ਜੇ ਆਪਣੇ ਮੁਲਕ 'ਚ ਬਣਾਉਣੀ ਹੋਵੇ, ਮੈਨੂੰ ਲੱਗਦਾ ਬਣਾਉਣੀ ਤਾਂ ਦੂਰ ਸੋਚਣਾ ਵੀ ਔਖਾ, ਕਿਉਂਕਿ ਜੇ ਕੋਈ ਚੀਜ਼ ਬਣਨੀ ਸਟਾਰਟ ਵੀ ਹੋ ਗਈ, ਜੇ ਬਣ ਵੀ ਗਈ ਤਾਂ ਲੋਕਾਂ ਨੇ ਵਿੱਚੋਂ ਹੀ, ਜਿਹੜੇ ਬਣਾਉਣ ਵਾਲੇ ਹੋਣੇ ਉਹਨਾਂ ਨੇ ਵਿੱਚੋਂ ਖਾ ਪੀ ਜਾਣੀ ਸਾਰਾ ਕੁਛ, ਆਪਣਿਆਂ ਨੇ ਸੀਮਿੰਟ ਲਾਉਣਾ ਹੀ ਨਹੀਂ, ਆਪਣਿਆਂ ਨੇ ਪਤਾ ਨਹੀਂ ਕੀ ਲਾ ਦੇਣਾ, ਸੀਮਿੰਟ ਦੀ ਜਗ੍ਹਾ ਵੀ ਰੇਤਾ ਹੀ ਲਾ ਦੇਣਾ, ਆਪਣੇ ਵਾਲਿਆਂ ਨੇ ਫਿਰ ਉਹ ਚੀਜ਼ ਡਿੱਗਣੀ ਆ।
ਇਹਨਾਂ ਕੰਟਰੀਆਂ 'ਚ ਇੱਕ ਇਮਾਨਦਾਰੀ ਵੀ ਬਹੁਤ ਹੈ, ਲੋਕੀ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਵੀ ਬਹੁਤ ਹੈ। ਆਹ ਦੇਖੋ ਥੇਮਸ ਨਦੀ ਕਾਫੀ ਥੱਲੇ 70-80 ਫੁੱਟ ਡੂੰਘੀ ਆ, 70-80 ਫੁੱਟ ਆ ਪੌਲ ਉੱਚਾ ਆ ਨਾ, ਤੇ ਥੱਲੇ ਦੀ ਛਿਪ ਛੁਪ ਲੰਘਦੇ ਰਹਿੰਦੇ ਆ। ਜਦੋਂ ਕੋਈ ਜ਼ਿਆਦਾ ਹੀ ਵੱਡੇ ਸ਼ਿਪ ਆ ਜਾਂਦੇ ਹੁਣੇ ਆ ਨਾ, ਜਿੱਦਾਂ ਉਹ ਸਾਹਮਣੇ ਸ਼ਿਪ ਖੜਾ, ਉਹ ਦੇਖੋ ਉਹਦਾ ਡੰਡਾ ਜਿਹਾ ਜਿੱਦਾਂ ਉੱਪਰ ਲਾਇਆ ਨਾ, ਜਦੋਂ ਇੱਦਾਂ ਦਾ ਸ਼ਿਪ ਆ ਜਾਂਦਾ ਹੋਣਾ ਫਿਰ ਇਹ ਖੋਲਦੇ ਹੋਣੇ ਆ ਬਈ ਫਿਰ, ਕਿਉਂਕਿ ਉਹਦਾ ਡੰਡਾ ਜਿਹਾ ਹੀ ਵਿੱਚ ਫਸ ਸਕਦਾ ਇਹਦੇ ਪੌਲ ਦੇ, ਉੱਦਾਂ ਤਾਂ ਥੱਲੇ ਆਵਾਜਾਈ ਹਰੇਕ ਵੇਲੇ ਤੁਰੀ ਰਹਿੰਦੀ ਹੈ। ਤੇ ਜਿੱਦਾਂ ਹੁਣ ਤੁਸੀਂ ਜਿੱਦਾਂ ਆਹ ਦੇਖ ਲਓ, ਆਹ ਦਿੱਲੀ ਵਾਲੇ ਜਿਹੜੇ ਤੁਸੀਂ ਪਿਛਲੀ ਵੀਡੀਓ 'ਚ ਵੀ ਦੇਖ ਲਓ, ਜਿਹੜਾ ਦੋਵੇਂ ਦਿੱਲੀ ਤੋਂ ਮੇਰੇ ਨਾਲ ਜਿਹੜੇ ਦੋ ਭਰਾ ਮੇਰੇ ਨਾਲ ਘੁੰਮਦੇ ਆ ਨਾ, ਇਹ ਦੋਵੇਂ ਹੋਟਲ ਬੁਕਿੰਗ 'ਤੇ ਵੀਜ਼ਾ ਲੈ ਕੇ ਆਇਆ। ਜਿੱਦਾਂ ਹੁਣ ਆਪਣੇ ਪੰਜਾਬ ਦੇ ਵਿੱਚ, ਫਿਰ ਉਹੀ ਵਾਰ ਵਾਰ ਗੱਲ ਕਰਾਂ, ਪਿਛਲੀ ਵੀਡੀਓ 'ਚ ਕੀਤੀ ਸੀ, ਆਪਣੇ ਪੰਜਾਬ ਦੇ ਵਿੱਚ ਏਜੰਟ ਇਸੇ ਵੀਜ਼ੇ ਦਾ 18-18-20-20 ਲੱਖ ਰੁਪਇਆ ਲੋਕਾਂ ਤੋਂ 15-15-16-16 ਲੱਖ ਰੁਪਇਆ ਲੈ ਲੈਂਦੇ ਆ। ਅਤੇ ਜਿੱਦਾਂ ਹੁਣ ਮੈਂ ਵੀ ਵੀਜ਼ਾ ਲੈ ਕੇ ਆਇਆ, ਮੈਂ ਵੀ ਅੰਬੈਸੀ ਫੀਸ ਦੇ ਕੇ ਵੀਜ਼ਾ ਲੈ ਕੇ ਆਇਆ, ਅਤੇ ਇਹ ਦੋ ਹੀ ਸਿੰਪਲ ਅੰਬੈਸੀ ਫੀਸ 'ਤੇ ਵੀਜ਼ਾ ਲੈ ਕੇ ਆਏ ਆ, ਹੈ ਨਾ। ਇੱਕ ਤਾਂ ਇੱਕ ਤੋਂ ਤਾਂ ਏਜੰਟ ਨੇ ਥੋੜ੍ਹੇ ਜ਼ਿਆਦਾ ਪੈਸੇ ਲੈ ਲਿਆ, ਇੱਕ ਸਿਰਫ ਅੰਬੈਸੀ ਫੀਸ ਹੀ ਦੇ ਕੇ ਵੀਜ਼ਾ ਲੈ ਕੇ ਆਇਆ। ਅਤੇ ਹੋਟਲ ਬੁਕਿੰਗ 'ਤੇ ਵੀ ਵੀਜ਼ਾ ਲੱਗ ਜਾਂਦਾ ਆਰਾਮ ਨਾਲ, ਜੇ ਤੁਹਾਡੇ ਪੇਪਰ ਜੈਨੂਅਨ ਹੋਣ। ਦੇਖੋ ਜਿਹੜੀ ਥੇਮਸ ਰਿਵਰ ਆ, ਕਾਫੀ ਮੈਨੂੰ ਲੱਗਦਾ ਇੱਥੋਂ 70-80 ਫੁੱਟ ਡੂੰਘੀ ਆ, ਅਤੇ ਥੱਲੇ ਆਵਾਜਾਈ ਸਾਰਾ ਦਿਨ ਚੱਲਦੀ ਰਹਿੰਦੀ ਆ, ਅਤੇ ਛੋਟੇ ਛੋਟੇ ਜਹਾਜ਼ ਤਾਂ ਇੱਥੋਂ ਆਮ ਹੀ ਲੰਘਦੇ ਰਹਿੰਦੇ ਆ। ਅਤੇ ਉਹ ਦੇਖੋ ਸਾਹਮਣੇ ਉਹ ਜਿੱਦਾਂ ਸ਼ਿਪ ਖੜਾ, ਇੱਕ ਨਾ ਵੱਡਾ ਸਾਰਾ ਜਹਾਜ਼ ਖੜਾ, ਉਹਦਾ ਉੱਪਰਲਾ ਡੰਡਾ ਜਿਹਾ, ਜਦੋਂ ਕਦੇ ਇਹ ਇੱਦਾਂ ਦਾ ਸ਼ਿਪ ਇੱਥੇ ਆਉਂਦਾ ਹੋਣਾ ਪੁਲ ਦੇ ਥੱਲੇ, ਤਾਂ ਉਦੋਂ ਫਿਰ ਇਹਨਾਂ ਨੂੰ ਪੁਲ ਚੱਕਣ ਦੀ ਲੋੜ ਪੈਂਦੀ ਹੋਣੀ ਆ, ਕਿਉਂਕਿ ਉਹਦਾ ਡੰਡੇ ਜਿਹਾ ਵੀ ਉੱਪਰਲੇ ਇੱਥੇ ਵਿੱਚ ਆ ਕੇ ਫਸ ਸਕਦੇ ਆ। ਉੱਦਾਂ ਵੈਸੇ ਇਹਦੇ ਥੱਲੇ ਆਵਾਜਾਈ ਚੱਲੀ ਜਾਂਦੀ, ਵੱਡੇ ਸ਼ਿਪਾਂ ਲਈ ਇਹ ਖੁੱਲਦਾ, ਛੋਟੇ ਮੋਟੇ ਜਹਾਜ਼ ਲਈ ਨਹੀਂ, ਛੋਟੇ ਮੋਟੇ ਜਹਾਜ਼ ਤਾਂ ਥੱਲੇ ਲੰਘੀ ਜਾਂਦੇ ਆ। ਅਤੇ ਇਹ ਸੀਗੀ ਜੀ ਲੰਡਨ ਬ੍ਰਿਜ ਦੀ ਵੀਡੀਓ, ਅਤੇ ਆਸ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ, ਜੇ ਵੀਡੀਓ ਚੰਗੀ ਲੱਗੀ ਤਾਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਤਦ ਤੱਕ ਲਈ ਰੱਬ ਰਾਖਾ, ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਵਿਊਅਰ ਜਿਹੜੇ ਇੰਡੀਆ ਤੋਂ ਬੈਠੇ ਦੇਖਦੇ ਆ, ਜਾਂ ਕੋਈ ਪਾਕਿਸਤਾਨ ਤੋਂ ਦੇਖਦਾ, ਜਾਂ ਜਿਹੜੇ ਹੋਰ ਕੋਈ ਵੀ ਕੰਟਰੀਆਂ ਤੋਂ ਬੈਠੇ ਦੇਖਦੇ ਆ, ਜਿਨ੍ਹਾਂ ਦਾ ਆਉਣ ਦਾ ਸੁਪਨਾ, ਅਤੇ ਰੱਬ ਕਰੇ ਯਾਰ ਸਾਰਿਆਂ ਦਾ ਤੁਹਾਡਾ ਸੁਪਨਾ ਪੂਰਾ ਹੋਵੇ, ਜੇ ਤੁਸੀਂ ਅੱਖੀਂ ਆਪਣੇ ਆ ਕੇ ਦੇਖੋਗੇ ਨਾ, ਤਾਂ ਉਹ ਜਿਹੜਾ ਚੀਜ਼ ਦਾ ਨਜ਼ਾਰਾ ਘੈਂਟ ਹੀ ਹੁੰਦਾ।